ਸੋ ਐਕਸਰਸਾਈਜ਼ 5.5 ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਇਸ ਦੇ ਬੇਸਿਕਸ ਨੂੰ ਸਮਝ ਲਈਏ ਵੀ ਇਹਦੇ ਵਿੱਚ ਆਪਾਂ ਨੂੰ ਕੀ ਕੁਛ ਮਿਲੂਗਾ। ਇਹਦੇ ਵਿੱਚ ਆਪਾਂ ਨੂੰ ਵੇਰੀਏਬਲਸ ਮਲਟੀਪਲਾਈ ਦੇ ਵਿੱਚ ਮਿਲ ਸਕਦੇ ਆ। ਤੁਸੀਂ ਬੋਲੋਗੇ ਵੀ ਸਰ ਆਪਾਂ ਪ੍ਰੋਡਕਟ ਰੂਲ ਲਾ ਦੇਵਾਂਗੇ। ਇਹਦੇ ਵਿੱਚ ਵੇਰੀਏਬਲਸ ਡਿਵਾਈਡ ਦੇ ਵਿੱਚ ਮਿਲ ਸਕਦੇ ਆ। ਤੁਸੀਂ ਬੋਲਣਾ ਵੀ ਇੱਥੇ ਆਪਾਂ ਕੋਸ਼ੈਂਟ ਰੂਲ ਲਗਾ ਦੇਵਾਂਗੇ। ਬਟ ਇਹਨਾਂ ਪ੍ਰੋਡਕਟ ਰੂਲ ਐਂਡ ਕੋਸ਼ੈਂਟ ਰੂਲ ਤੋਂ ਇਲਾਵਾ ਆਪਾਂ ਇੱਕ ਹੋਰ ਪ੍ਰੋਪਰਟੀ ਯੂਜ਼ ਕਰਾਂਗੇ ਜਿਸਦਾ ਨਾਮ ਹੈ ਲੋਗ। ਠੀਕ ਹੈ, ਬਹੁਤ ਧਿਆਨ ਨਾਲ ਸੁਣਨਾ। ਲੋਗਰਿਥਮਿਕ ਫੰਕਸ਼ਨਸ ਬਾਰੇ ਤੁਸੀਂ ਪਹਿਲਾਂ ਵੀ ਪੜ੍ਹਿਆ ਹੋਊਗਾ ਅਤੇ ਅੱਜ ਆਪਾਂ ਕੀ ਕਰਨ ਲੱਗੇ ਹਾਂ, ਇਹਨਾਂ ਦੀਆਂ ਪ੍ਰੋਪਰਟੀ ਸਟੱਡੀ ਕਰਾਂਗੇ। ਪਲੱਸ ਵਨ ਦੇ ਵਿੱਚ ਵੀ ਮੈਂ ਲੋਗ ਬਾਰੇ ਸਾਰਿਆਂ ਨੂੰ ਦੱਸਿਆ ਹੋਇਆ। ਸੋ ਦੇਖੋ ਜੀ, ਪਹਿਲੀ ਪ੍ਰੋਪਰਟੀ ਲੋਗ ਦੀ ਕੀ ਕਹਿ ਰਹੀ ਹੈ ਵੀ ਜੇ ਲੋਗ ਦੇ ਨਾਲ ਦੋ ਵੇਰੀਏਬਲ ਮਲਟੀਪਲਾਈ 'ਚ ਪਏ ਹੋਣ, ਜਿਵੇਂ ਐਮ ਅਤੇ ਐਨ ਦੋ ਵੇਰੀਏਬਲ ਹੈ, ਜੇ ਮਲਟੀਪਲਾਈ 'ਚ ਪਏ ਹੋਣ ਤਾਂ ਇਹਨਾਂ ਨੂੰ ਅਲੱਗ ਅਲੱਗ ਕਰਕੇ ਲਿਖਿਆ ਜਾ ਸਕਦਾ, ਵਿੱਚ ਕੀ ਆਏਗਾ ਇਹਨਾਂ ਦੇ ਪਲੱਸ। ਸੋ ਲੋਗ ਐਮ ਐਨ ਨੂੰ ਕੀ ਲਿਖ ਸਕਦੀ ਹੈ, ਲੋਗ ਐਮ ਪਲੱਸ ਲੋਗ ਐਨ। ਓਕੇ, ਸੈਕਿੰਡ ਪ੍ਰੋਪਰਟੀ ਬਿਲਕੁਲ ਸੇਮ ਹੈ, ਇਹਦੇ ਵਿੱਚ ਮੈਂ ਤਿੰਨ ਵੇਰੀਏਬਲ ਕਰਤੇ ਤਾਂ ਫਿਰ ਕੀ ਬਣੇਗਾ, ਲੋਗ ਐਮ ਪਲੱਸ ਲੋਗ ਐਨ ਪਲੱਸ ਲੋਗ ਪੀ। ਸੇਮ ਜੇ ਚਾਰ ਹੋਣ ਫਿਰ ਵੀ ਇਹੀ ਪ੍ਰੋਪਰਟੀ ਲੱਗੇਗੀ। ਮਤਲਬ ਕੀ ਹੈ ਵੀ ਜੇ ਪ੍ਰੋਡਕਟ ਦੇ ਵਿੱਚ ਪਏ ਹੈ ਤਾਂ ਇਹ ਉਹਨਾਂ ਨੂੰ ਕੀ ਕਰ ਦੇਗਾ, ਪਲੱਸ ਦੇ ਵਿੱਚ। ਠੀਕ ਹੈ, ਲਓ ਜੀ ਨੈਕਸਟ ਆਪਣੇ ਕੋਲ ਥਰਡ ਪ੍ਰੋਪਰਟੀ ਹੈ ਡਿਵਾਈਡ ਦੀ। ਜੇਕਰ ਆਪਣੇ ਕੋਲ ਸੇਮ ਚੀਜ਼ ਡਿਵਾਈਡ 'ਚ ਪਈ ਹੈ ਤਾਂ ਇੱਥੇ ਕੀ ਹੋਣ ਵਾਲਾ ਹੈ, ਜਿੱਥੇ ਪਹਿਲਾਂ ਪਲੱਸ ਲੱਗਦਾ ਸੀ ਇੱਥੇ ਕੀ ਹੋ ਜਾਏਗਾ, ਮਾਈਨਸ। ਠੀਕ ਹੈ, ਸੋ ਲੋਗ ਐਮ ਪੁਆਇੰਟ ਐਨ ਨੂੰ ਆਪਾਂ ਕੀ ਲਿਖ ਸਕਦੇ ਹਾਂ, ਲੋਗ ਐਮ ਮਾਈਨਸ ਲੋਗ ਐਨ। ਅਤੇ ਲਾਸਟ ਪ੍ਰੋਪਰਟੀ ਆਪਣੇ ਕੋਲ ਲੋਗ ਐਮ ਦੀ ਪਾਵਰ ਐਨ। ਤਾਂ ਬੱਚੇ ਵੇਰੀਏਬਲ ਦੀ ਪਾਵਰ ਵੇਰੀਏਬਲ ਜਦੋਂ ਵੀ ਪਿਆ ਹੋਊਗਾ ਤਾਂ ਲੋਗ ਦੀ ਪ੍ਰੋਪਰਟੀ ਹੈ ਵੀ ਜੋ ਇੱਥੇ ਪਾਵਰ ਪਈ ਹੈ ਐਮ ਦੀ ਉਸਨੂੰ ਇਹ ਅੱਗੇ ਲਿਆਉਂਦਾ। ਸੋ ਆਪਣੇ ਕੋਲ ਕੀ ਬਣ ਜੂਗਾ, ਐਨ ਲੋਗ ਐਮ। ਕਲੀਅਰ ਹੋ ਗਈਆਂ? ਸੋ ਇਹਨਾਂ ਪ੍ਰੋਪਰਟੀਜ਼ ਦੀ ਹੈਲਪ ਨਾਲ ਜਿਹੜਾ ਆਪਣਾ ਇਹ ਐਕਸਰਸਾਈਜ਼ ਆ ਇਹ ਬਹੁਤ ਹੀ ਜ਼ਿਆਦਾ ਸੌਖੀ ਹੋ ਜਾਊਗੀ। ਅਦਰਵਾਈਜ਼ ਇਸਦੇ ਕੁਐਸਚਨਸ ਆ ਜਿਹੜੇ ਉਹ ਕਾਫੀ ਲੈਂਥੀ ਰਹਿਣ ਵਾਲੇ ਹੈ। ਠੀਕ ਹੈ, ਸੋ ਆਪਾਂ ਸਟਾਰਟ ਕਰਦੇ ਹਾਂ। ਸੋ ਆਪਣੇ ਕੋਲ ਫਸਟ ਕੁਐਸਚਨ ਹੈ, ਆਪਾਂ ਨੂੰ ਕਿਹਾ ਗਿਆ ਕੋਸ ਐਕਸ ਮਲਟੀਪਲਾਈ ਕੋਸ 2x ਮਲਟੀਪਲਾਈ ਕੋਸ 3x। ਤਾਂ ਯੈਸ, ਓਬਵੀਅਸਲੀ ਇੱਥੇ ਪ੍ਰੋਡਕਟ ਨੂੰ ਲੱਗ ਸਕਦਾ ਤਿੰਨਾਂ ਵਾਲਾ, ਬਟ ਆਪਾਂ ਕੀ ਕਰਾਂਗੇ, ਲੋਗ ਦੀਆਂ ਪ੍ਰੋਪਰਟੀਜ਼ ਦਾ ਯੂਜ਼ ਕਰਕੇ ਇਸ ਐਕਸਰਸਾਈਜ਼ ਦੇ ਸਾਰੇ ਕੁਐਸਚਨਸ ਕਰਾਂਗੇ। ਸੋ ਮੇਰੇ ਕੋਲ ਸਭ ਤੋਂ ਪਹਿਲਾਂ, ਮੈਂ ਹਮੇਸ਼ਾ ਦੀ ਤਰ੍ਹਾਂ ਇਸ ਨੂੰ ਵਾਈ ਦੇ ਇਕੁਅਲ ਲੈਟ ਕਰ ਲੈਣਾ। ਯਾਦ ਹੋਣਾ ਤੁਹਾਡੇ, ਆਪਾਂ ਸਟਾਰਟਿੰਗ ਦੇ ਵਿੱਚ ਵੀ ਇਦਾਂ ਦੇ ਕੁਐਸਚਨਸ ਕੀਤੇ ਸੀ। ਸੋ ਲਓ ਜੀ, ਆਪਾਂ ਲੈਟ ਕਰ ਲਿਆ ਇਕੁਅਲਸ ਟੂ ਵਾਈ ਦੇ। ਸੋ ਆਪਣੇ ਕੋਲ ਇਹ ਚੀਜ਼ ਬਣ ਗਈ। ਤਾਂ ਹੁਣ ਮੈਂ ਕੀ ਕਰ ਰਿਹਾ ਰਾਜੇ, ਇੱਕ ਸਟੈਪ ਜੋ ਕਿ ਆਪਾਂ ਪੂਰੀ ਐਕਸਰਸਾਈਜ਼ ਦੇ ਵਿੱਚ ਲਿਖਦੇ ਰਹਾਂਗੇ, ਟੇਕਿੰਗ ਲੋਗ ਬੋਥ ਸਾਈਡਸ। ਸੋ ਮੈਂ ਇੱਥੇ ਕੀ ਕਰ ਰਿਹਾ, ਲਿਖਦਾ ਜੀ ਟੇਕਿੰਗ ਲੋਗ ਬੋਥ ਸਾਈਡਸ। ਕੁਐਸਚਨਸ ਥੋੜ੍ਹੇ ਜਿਹੇ ਲੈਂਥੀ ਰਹਿਣਗੇ ਬਟ ਆਸਾਨ ਬਹੁਤ ਹੈ, ਬੋਥ ਸਾਈਡਸ। ਲਓ ਜੀ, ਜਦੋਂ ਆਪਾਂ ਲੋਗ ਲਿਆ ਤਾਂ ਇੱਧਰ ਮੇਰਾ ਬਣ ਗਿਆ ਰਾਜੇ ਲੋਗ ਵਾਈ, ਉੱਧਰ ਬਣ ਗਿਆ ਆਪਣੇ ਕੋਲ ਲੋਗ। ਬ੍ਰੈਕਿਟ ਦੇ ਵਿੱਚ ਕੀ ਕੁਛ ਹੈ, ਬ੍ਰੈਕਿਟ ਦੇ ਵਿੱਚ ਹੈਗਾ ਸਰ ਕੋਸ ਐਕਸ ਕੋਸ 2x ਅਤੇ ਡੋਟ ਪਾ ਕੇ ਕੋਸ 3x। ਅਤੇ ਕੀ ਤੁਹਾਨੂੰ ਲੋਗ ਦੀ ਸੈਕਿੰਡ ਪ੍ਰੋਪਰਟੀ ਲੱਗਦੀ ਨਜ਼ਰ ਆ ਰਹੀ ਹੈ, ਧਿਆਨ ਨਾਲ ਦੇਖੋ, ਲੋਗ ਐਮ ਐਨ ਪੀ। ਤਾਂ ਇਸਨੂੰ ਆਪਾਂ ਕੀ ਲਿਖ ਸਕਦੇ ਹਾਂ, ਲੋਗ ਐਮ ਪਲੱਸ ਲੋਗ ਐਨ ਪਲੱਸ ਲੋਗ ਪੀ। ਸੋ ਸੇਮ ਚੀਜ਼ ਦੇਖੋ, ਆਹ ਐਮ ਹੈ, ਆਹ ਐਨ ਹੈ, ਅਤੇ ਆਹ ਕੌਣ ਹੈ, ਪੀ। ਸੋ ਬੱਚੇ ਮੈਂ ਇੱਥੇ ਲੈਫਟ ਸਾਈਡ 'ਤੇ ਲੋਗ ਵਾਈ ਤਾਂ ਐਸ ਟੀ ਐਸ ਪਿਆ, ਇੱਥੇ ਆਪਣੇ ਕੋਲ ਕੀ ਬਣ ਜੂਗਾ, ਲੋਗ ਐਮ ਪਲੱਸ ਲੋਗ ਐਨ ਪਲੱਸ ਲੋਗ ਪੀ। ਤੁਸੀਂ ਧਿਆਨ ਨਾਲ ਦੇਖੋ ਵੀ ਹਜੇ ਆਪਾਂ ਡੈਰੀਵੇਟਿਵ ਤਾਂ ਕੀਤਾ ਹੀ ਨਹੀਂ, ਉਹ ਤਾਂ ਬਿਲਕੁਲ ਲਾਸਟ ਸਟੈਪ ਹੈ, ਹੁਣ ਕਰਾਂਗੇ। ਦੇਖੋ,
ਹੁਣ ਆਪਾਂ ਤੋੜ ਲਿਆ ਪ੍ਰੋਪਰਲੀ, ਲੋਗ ਦੀ ਪ੍ਰੋਪਰਟੀ ਯੂਜ਼ ਹੋ ਗਈ। ਹੁਣ ਆਪਾਂ ਕੀ ਕਰਾਂਗੇ, ਮੈਂ ਇੱਥੇ ਲਿਖਦਾ ਡਿਫਰੈਂਸ਼ੀਏਟਿੰਗ ਬੋਥ ਸਾਈਡਸ ਵਿਦ ਰਿਸਪੈਕਟ ਟੂ ਐਕਸ। ਠੀਕ ਹੈ, ਪਹਿਲਾਂ ਵੀ ਇੱਦਾਂ ਹੀ ਕਰ ਰਹੇ ਸੀਗੇ। ਲਓ ਜੀ, ਲੋਗ ਵਾਈ ਦਾ ਡੈਰੀਵੇਟਿਵ ਕੀ ਆਏਗਾ? ਤਾਂ ਯਾਦ ਹੋਣਾ ਲੋਗ ਦੀ ਪ੍ਰੋਪਰਟੀ, ਜੋ ਵੀ ਲੋਗ ਦੇ ਨਾਲ ਪਿਆ ਇਹ ਉਸਨੂੰ ਵਨ ਅਪੋਨ ਕਰ ਦਿੰਦਾ। ਸੋ ਕੀ ਆਏਗਾ ਰਾਜੇ ਇਸਦਾ ਡੈਰੀਵੇਟਿਵ? ਇਸਦਾ ਡੈਰੀਵੇਟਿਵ ਆਏਗਾ ਵਨ ਅਪੋਨ ਵਾਈ, ਤੇ ਨਾਲ ਵਾਈ ਦਾ ਵਾਈ ਡੈਸ਼। ਓਕੇ, ਇਜ਼ ਇਕਵਲਸ ਟੂ ਲੋਗ ਕੋਸ ਐਕਸ ਦਾ ਡੈਰੀਵੇਟਿਵ। ਤਾਂ ਬੱਚੇ ਵਨ ਅਪੋਨ ਕੋਸ ਐਕਸ ਆਏਗਾ ਪਹਿਲਾਂ ਤਾਂ, ਤੇ ਨਾਲ ਆਪਾਂ ਕਿਸਦਾ ਕਰਾਂਗੇ? ਕੋਸ ਐਕਸ ਦਾ ਡੈਰੀਵੇਟਿਵ, ਜੋ ਕਿ ਆਪਾਂ ਨੈਕਸਟ ਸਟੈਪ 'ਚ ਲਿਖ ਦਿਆਂਗੇ। ਓਕੇ, ਅੱਗੇ ਲੋਗ ਕੋਸ ਟੂ ਐਕਸ ਦਾ, ਤਾਂ ਇਸਦਾ ਕੀ ਆਏਗਾ? ਵਨ ਅਪੋਨ ਕੋਸ ਟੂ ਐਕਸ ਆਏਗਾ, ਅਤੇ ਫਿਰ ਹੋਰ ਕੀ ਕਰਾਂਗੇ? ਕੋਸ ਟੂ ਐਕਸ ਦਾ, ਜੋ ਕਿ ਆਪਾਂ ਨੈਕਸਟ ਸਟੈਪ ਦੇ ਵਿੱਚ ਲਿਖ ਦਿਆਂਗੇ, ਹੈ ਨਾ। ਫਿਰ ਲੋਗ ਕੋਸ ਥ੍ਰੀ ਐਕਸ ਦਾ, ਇਸਦਾ ਕੀ ਆਏਗਾ? ਵਨ ਅਪੋਨ ਕੋਸ ਥ੍ਰੀ ਐਕਸ ਲਿਖ ਦਿਆਂਗੇ, ਅਤੇ ਨਾਲ ਇੰਟੂ ਦੇ ਵਿੱਚ ਕੋਸ ਥ੍ਰੀ ਐਕਸ ਦਾ ਆਪਾਂ ਨੈਕਸਟ ਸਟੈਪ ਦੇ ਵਿੱਚ ਡੈਰੀਵੇਟਿਵ ਕਰਾਂਗੇ। ਠੀਕ ਹੈ, ਸੋ ਧਿਆਨ ਨਾਲ ਦੇਖਣਾ, ਕੋਸ ਐਕਸ ਦਾ ਡੈਰੀਵੇਟਿਵ ਮੇਰੇ ਕੋਲ ਕੀ ਹੋ ਜੂਗਾ? ਮਾਈਨਸ ਸਾਈਨ ਐਕਸ, ਇਸਦਾ ਵੀ ਹੋ ਜੂਗਾ, ਇਸਦਾ ਵੀ ਹੋ ਜੂਗਾ, ਅਤੇ ਆਂਸਰ ਵੀ ਬਣ ਜੂਗਾ। ਸੋ ਮੈਂ ਇੱਥੇ ਲਿਖਣ ਲੱਗੇ, ਸਭ ਤੋਂ ਪਹਿਲਾਂ ਰਾਜੇ ਵਾਈ ਡੈਸ਼ ਇੱਥੇ ਪਿਆ ਰਹਿਣ ਦਿਓ, ਐਂਡ ਜਿਹੜਾ ਆਹ ਵਾਈ ਹੈ ਇਸਨੂੰ ਇੱਧਰਲੀ ਸਾਈਡ ਲਿਆਓ। ਲਓ ਜੀ, ਆਹ ਵਾਈ ਚੱਕ ਕੇ ਮੈਂ ਉੱਪਰਲੀ ਸਾਈਡ ਲਿਆਇਆ, ਇੱਥੇ ਮੇਰੇ ਕੋਲ ਵਨ ਅਪੋਨ ਕੋਸ ਐਕਸ ਐਜ਼ ਇਟ ਇਜ਼ ਪਿਆ। ਕੋਸ ਐਕਸ ਦਾ ਡੈਰੀਵੇਟਿਵ, ਸ਼ਾਬਾਸ਼ ਸਾਰੇ ਜਣੇ ਲਿਖਾਇਓ, ਕਿੰਨਾ ਬਣੂਗਾ? ਇਸਦਾ ਡੈਰੀਵੇਟਿਵ ਆਪਣੇ ਕੋਲ ਬਣੂਗਾ ਸਰ ਮਾਈਨਸ ਸਾਈਨ ਐਕਸ, ਹੈ ਨਾ। ਲਓ ਜੀ, ਪਲੱਸ ਪਾਇਆ, ਆਹ ਆਪਣੇ ਕੋਲ ਵਨ ਅਪੋਨ ਕੋਸ ਟੂ ਐਕਸ ਉਵੇਂ ਪਿਆ, ਜਿਹੜਾ ਆਪਣੇ ਕੋਲ ਕੋਸ ਟੂ ਐਕਸ ਹੈ ਇਸਦਾ ਡੈਰੀਵੇਟਿਵ ਕੀ ਬਣੂਗਾ? ਕੋਸ ਟੂ ਐਕਸ ਦਾ ਤਾਂ ਬਣ ਜੂਗਾ ਮਾਈਨਸ ਟੂ ਸਾਈਨ ਟੂ ਐਕਸ। ਸੋ ਇਹ ਬਣ ਜੂਗਾ ਜੀ ਆਪਣੇ ਕੋਲ। ਪਲੀਜ਼ ਇੱਕ ਵਾਰੀ ਡੈਰੀਵੇਟਿਵ ਚੰਗੇ ਤਰੀਕੇ ਯਾਦ ਕਰ ਲਿਓ, ਬਹੁਤ ਸੌਖਾ ਰਹੂਗਾ ਉਸ ਤੋਂ ਬਾਅਦ, ਅਦਰਵਾਈਜ਼ ਇਹ ਕੁਐਸਚਨ ਤੰਗ ਕਰਨਗੇ। ਆਹ ਬੱਚੇ ਆਪਣੇ ਕੋਲ ਸੇਮ ਕੋਸ ਥ੍ਰੀ ਐਕਸ, ਅਤੇ ਇਸਦਾ ਡੈਰੀਵੇਟਿਵ ਕੀ ਹੋਊਗਾ? ਸੇਮ ਜਿਵੇਂ ਇਹਦਾ ਕੀਤਾ ਸੀ, ਸੋ ਮਾਈਨਸ ਥ੍ਰੀ ਸਾਈਨ ਥ੍ਰੀ ਐਕਸ। ਜੇ ਕਿਸੇ ਬੱਚੇ ਨੂੰ ਐਂ ਲੱਗਦਾ ਵੀ ਆਹ ਮਾਈਨਸ ਥ੍ਰੀ ਕਿੱਥੋਂ ਆ ਗਿਆ, ਤਾਂ ਦੇਖੋ ਕੋਸ ਥ੍ਰੀ ਐਕਸ ਦਾ ਸਾਈਨ ਥ੍ਰੀ ਐਕਸ, ਅੱਗੇ ਥ੍ਰੀ ਐਕਸ ਦਾ ਹੋਇਆ ਉਹ ਥ੍ਰੀ, ਅਤੇ ਮਾਈਨਸ ਤਾਂ ਇਹਦਾ ਹੁੰਦਾ ਹੀ ਹੈ ਕੋਸ ਦਾ ਡੈਰੀਵੇਟਿਵ। ਠੀਕ ਹੈ, ਸੋ ਇਹ ਆਪਣੇ ਕੋਲ ਹੁਣ ਆਪਣਾ ਰਿਕੁਆਇਰਡ ਆਂਸਰ ਬਣਦਾ ਜਾ ਰਿਹਾ। ਧਿਆਨ ਨਾਲ ਦੇਖਣਾ, ਆਹ ਆਪਣੇ ਕੋਲ ਪਿਆ ਸਾਈਨ ਬੋਨ ਕੋਸ, ਇਹ ਬਣ ਜਾਏਗਾ ਆਪਣੇ ਕੋਲ ਟੈਨ। ਸੋ ਮੈਂ ਇੱਥੇ ਲਿਖ ਦਿੰਦਾ ਵਾਈ ਡੈਸ਼ ਇਜ਼ ਇਕਵਲਸ ਟੂ, ਰਾਜੇ ਵਾਈ ਦੀ ਵੀ ਆਪਾਂ ਉੱਪਰੋਂ ਵੈਲਿਊ ਪੁੱਟ ਕਰ ਦਿੰਦੇ ਹਾਂ, ਜੋ ਆਪਾਂ ਵਾਈ ਦੀ ਵੈਲਿਊ ਲੈਟ ਕੀਤੀ ਸੀ ਤਾਂ ਕੁਐਸਚਨ ਦੇ ਵਿੱਚੋਂ ਵਾਈ ਦੀ ਵੈਲਿਊ ਫਿੱਲ ਕਰਤੀ ਕੋਸ ਐਕਸ ਡੋਟ ਕੋਸ ਟੂ ਐਕਸ ਡੋਟ ਕੋਸ ਥ੍ਰੀ ਐਕਸ, ਹੈ ਨਾ। ਸੋ ਇਹ ਵੈਲਿਊ ਆਪਾਂ ਵਾਈ ਦੀ ਜਗ੍ਹਾ 'ਤੇ ਭਰਤੀ, ਹੁਣ ਆਪਾਂ ਆਪਣੀ ਬ੍ਰੈਕਟ ਪਾਈ, ਬ੍ਰੈਕਟ ਦੇ ਵਿੱਚ ਸਾਈਨ ਅਪੋਨ ਕੋਸ, ਤਾਂ ਕੀ ਹੁੰਦਾ ਬੱਚੇ? ਟੈਨ, ਬਟ ਮੂਰੇ ਮਾਈਨਸ ਪਈ ਸੀ, ਸੋ ਆਪਾਂ ਲਿਖ ਦਿੰਦੇ ਹਾਂ ਮਾਈਨਸ ਟੈਨ ਐਕਸ, ਸਹੀ ਹੈ। ਲਓ ਜੀ, ਆਹ ਆਪਣੇ ਕੋਲ ਸੇਮ ਚੀਜ਼ ਪਈ ਹੈ, ਦੇਖੋ ਸਾਈਨ ਟੂ ਐਕਸ ਅਪੋਨ ਕੋਸ ਟੂ ਐਕਸ, ਤਾਂ ਇਹ ਵੀ ਕੀ ਬਣਦਾ ਆਪਣੇ ਕੋਲ? ਟੈਨ, ਬਟ ਨਾਲ ਮਾਈਨਸ ਟੂ ਵੀ ਪਿਆ, ਉਹ ਐਸ ਟੀਜ਼ ਲਿਖ ਦਿੰਦੇ ਹਾਂ, ਇਹ ਬਣ ਗਿਆ ਆਪਣੇ ਕੋਲ ਮਾਈਨਸ ਟੈਨ ਟੂ ਐਕਸ, ਹੈ ਨਾ। ਤੀਸਰੇ ਨੰਬਰ 'ਤੇ ਸੇਮ ਚੀਜ਼ ਫਿਰ ਪਈ ਹੈ, ਸਾਈਨ ਥ੍ਰੀ ਐਕਸ ਅਪੋਨ ਕੋਸ ਥ੍ਰੀ ਐਕਸ, ਤਾਂ ਇਹ ਵੀ ਆਪਣੇ ਕੋਲ ਕੀ ਬਣ ਰਿਹਾ? ਟੈਨ, ਨਾਲ ਜਿਹੜਾ ਮਾਈਨਸ ਥ੍ਰੀ ਪਿਆ ਸੀ ਉਹ ਆਪਾਂ ਐਸ ਟੀਜ਼ ਲਿਖਤਾ। ਤਾਂ ਜੇਕਰ ਆਪਾਂ ਬੁੱਕ ਦੇ ਨਾਲ ਆਂਸਰ ਮੈਚ ਕਰਨਾ, ਸਾਰੇ ਦੇ ਵਿੱਚੋਂ ਮਾਈਨਸ ਕਾਮਨ ਕੱਢ ਲਓ, ਅਤੇ ਹੁਣ ਮੈਂ ਮੇਰਾ ਐਂਡ ਆਂਸਰ ਲਿਖਣ ਲੱਗਿਆ। ਦੇਖੋ ਆਹ ਮਾਈਨਸ ਸਾਰਿਆਂ ਦੇ ਵਿੱਚੋਂ ਰਾਜੇ ਬਾਹਰ ਨਿਕਲੇਗੀ, ਤਾਂ ਮੈਂ ਬਿਲਕੁਲ ਬਾਹਰ ਲਿਖੀ। ਸੋ ਪਹਿਲੇ ਨੰਬਰ 'ਤੇ ਕੋਸ ਐਕਸ ਕੋਸ ਟੂ ਐਕਸ ਕੋਸ ਥ੍ਰੀ ਐਕਸ, ਇਹ ਕਿੱਥੋਂ ਆਇਆ? ਵਾਈ ਦੀ ਵੈਲਿਊ ਭਰੀ ਹੈ ਸਰ, ਬ੍ਰੈਕਿਟ ਦੇ ਵਿੱਚ
ਆ ਰਾਜੀ ਹੁਣ ਸਾਰੇ ਪੋਜ਼ਿਟਿਵ ਹੋ ਜਾਣਗੇ ਕਿਉਂਕਿ ਮਾਈਨਸ ਤਾਂ ਸਾਰਿਆਂ ਚੋਂ ਬਾਹਰ ਕੱਢ ਲਈ, ਸੋ ਬਚੂਗਾ ਅੰਦਰ ਕੀ, ਪੋਜ਼ਿਟਿਵ ਟੈਨ ਐਕਸ ਪਲੱਸ ਪੋਜ਼ਿਟਿਵ ਟੂ ਟੈਨ ਟੂ ਐਕਸ ਪਲੱਸ ਪੋਜ਼ਿਟਿਵ ਥ੍ਰੀ ਟੈਨ ਥ੍ਰੀ ਐਕਸ। ਸੋ ਇਹ ਆਪਣਾ ਰਿਕੁਆਇਰਡ ਆਨਸਰ ਰਹੂਗਾ ਜੀ ਫਸਟ ਕੁਐਸਚਨ ਦਾ। ਸੋ ਨੈਕਸਟ ਆਪਣੇ ਕੋਲ ਸੈਕਿੰਡ ਕੁਐਸਚਨ ਹੈ, ਆਪਾਂ ਨੂੰ ਕਿਹਾ ਗਿਆ ਰੂਟ ਦੇ ਵਿੱਚ ਐਕਸ ਮਾਈਨਸ ਵਨ ਐਕਸ ਮਾਈਨਸ ਟੂ ਅਪੋਨ ਐਕਸ ਮਾਈਨਸ ਥ੍ਰੀ ਐਕਸ ਮਾਈਨਸ ਫੋਰ ਐਕਸ ਮਾਈਨਸ ਫਾਈਵ। ਤਾਂ ਦੇਖਣ ਨੂੰ ਕੁਐਸਚਨ ਬਹੁਤ ਹੀ ਜ਼ਿਆਦਾ ਔਖਾ ਲੱਗ ਰਿਹਾ, ਬਟ ਜਦੋਂ ਆਪਾਂ ਲੋਗ ਦੀ ਹੈਲਪ ਲਵਾਂਗੇ ਤਾਂ ਇਹ ਕੁਐਸਚਨ ਬਹੁਤ ਸੌਖਾ ਹੋ ਜਾਊਗਾ। ਸਭ ਤੋਂ ਪਹਿਲਾਂ ਸੇਮ ਕੰਮ ਆਪਾਂ ਇਸ ਨੂੰ ਵਾਈ ਦੇ ਕੋਲ ਲੈਟ ਕਰਦੇ ਹਾਂ। ਸੋ ਮੈਂ ਲਿਖ ਲਿਆ ਲੈਟ ਵਾਈ ਇਜ਼ ਇਕਵਲਸ ਟੂ, ਬੱਚੇ ਜਿਹੜਾ ਆਪਣੇ ਕੋਲ ਆਹ ਰੂਟ ਹੈ, ਰੂਟ ਨੂੰ ਸਾਰਿਆਂ ਨੂੰ ਪਤਾ ਹੈ ਰੂਟ ਦਾ ਮਤਲਬ ਕੀ ਹੁੰਦਾ, ਪਾਵਰ ਵਨ ਬਾਈ ਟੂ, ਪਤਾ ਨਾ ਵੀ ਰੂਟ ਦਾ ਮਤਲਬ ਇਹੀ ਹੁੰਦਾ। ਸੋ ਮੈਂ ਲਿਖ ਹੀ ਲਿਆ ਵਨ ਬਾਈ ਟੂ, ਜੋ ਅੰਦਰ ਰਹਿ ਗਿਆ ਐਕਸ ਮਾਈਨਸ ਵਨ ਐਕਸ ਮਾਈਨਸ ਟੂ ਅਪੋਨ ਐਕਸ ਮਾਈਨਸ ਥ੍ਰੀ ਐਕਸ ਮਾਈਨਸ ਫੋਰ ਐਕਸ ਮਾਈਨਸ ਫਾਈਵ, ਸਾਰੇ ਮੈਂ ਐਸ ਇਟ ਇਜ਼ ਲਿਖਤੇ। ਠੀਕ ਹੈ, ਲਓ ਜੀ ਹੁਣ ਆਪਾਂ ਕੀ ਕਰੀਏ, ਤਾਂ ਹੁਣ ਆਪਣੀ ਵਾਰੀ ਆ ਗਈ ਟੇਕਿੰਗ ਲੋਗ ਬੋਥ ਸਾਈਡਸ, ਪਿਛਲੇ ਵਾਂਗੂ ਸੇਮ ਕੰਮ ਕਰਾਂਗੇ। ਸੋ ਮੈਂ ਇੱਥੇ ਲਿਖ ਦਿੰਦਾ ਟੇਕਿੰਗ ਲੋਗ ਬੋਥ ਸਾਈਡਸ, ਇਹ ਲਿਖਣੀਆਂ ਬਹੁਤ ਜ਼ਰੂਰੀ ਹੈ ਲਾਈਨਾਂ ਰਾਜੇ। ਲਓ ਜੀ ਬੋਥ ਸਾਈਡ ਲੋਗ ਲੈ ਲਿਆ, ਇੱਕ ਦੋ ਕੁਐਸਚਨ ਤੁਹਾਨੂੰ ਲੱਗਣਗੇ, ਬਾਕੀ ਬਹੁਤ ਸੌਖਾ ਹੋ ਜੂ ਬਾਅਦ 'ਚ। ਤਾਂ ਬੱਚੇ ਇੱਧਰ ਬਣਦਾ ਹਮੇਸ਼ਾ ਦੀ ਤਰ੍ਹਾਂ ਲੋਗ ਵਾਈ, ਇੱਥੇ ਬਣ ਗਿਆ ਲੋਗ, ਅੰਦਰ ਜੋ ਵੀ ਚੀਜ਼ ਪਈ ਹੈ ਸਾਰੀ ਸੇਮ, ਆਹ ਹਾਫ ਉਵੇਂ ਪਿਆ ਐਕਸ ਮਾਈਨਸ ਵਨ ਐਕਸ ਮਾਈਨਸ ਟੂ, ਅਤੇ ਨੀਚੇ ਆਪਣੇ ਕੋਲ ਪਿਆ ਐਕਸ ਮਾਈਨਸ ਥ੍ਰੀ ਐਕਸ ਮਾਈਨਸ ਫੋਰ ਐਕਸ ਮਾਈਨਸ ਫਾਈਵ, ਹੈ ਨਾ। ਲਓ ਜੀ ਸੋ ਹੁਣ ਬੱਚੇ ਆਪਣੇ ਕੋਲ ਕਿਹੜੀ ਪ੍ਰੋਪਰਟੀ ਯੂਜ਼ 'ਚ ਆ ਰਹੀ ਹੈ, ਪਹਿਲਾਂ ਤਾਂ ਲੋਗ ਲਾਉਣ ਤੋਂ ਬਾਅਦ ਅਗਲੇ ਸਟੈਪ 'ਚ ਇਹ ਦੇਖਿਆ ਕਰੋ ਪ੍ਰੋਪਰਟੀ ਕਿਹੜੀ ਵਰਤੀ ਜਾ ਰਹੀ ਹੈ। ਤਾਂ ਮੈਨੂੰ ਇਹ ਲੱਗ ਰਿਹਾ ਵੀ ਲੋਗ ਮੇਰੀ ਚੌਥੀ ਪ੍ਰੋਪਰਟੀ ਵਰਤੀ ਜਾ ਰਹੀ ਹੈ। ਚੌਥੀ ਪ੍ਰੋਪਰਟੀ ਕੀ ਹੈ, ਥੋੜ੍ਹਾ ਜੂਮ ਕਰਕੇ ਦੇਖਿਓ, ਲੋਗ ਐਮ ਦੀ ਪਾਵਰ ਐਨ। ਤਾਂ ਇੱਥੇ ਵੀ ਸੇਮ ਪਿਆ, ਇਸ ਸਾਰੇ ਨੂੰ ਆਪਣੇ ਦਿਮਾਗ 'ਚ ਐਮ ਕਹਿ ਕੇ ਦੇਖੋ, ਲੋਗ ਐਮ ਦੀ ਪਾਵਰ ਐਨ। ਤਾਂ ਬੱਚੇ ਕੀ ਪ੍ਰੋਪਰਟੀ ਹੈ, ਵੀ ਜਿਹੜਾ ਐਨ ਹੈ ਉਹ ਕੀ ਆ ਜਾਂਦਾ ਅੱਗੇ ਅਤੇ ਐਮ ਉੱਥੇ ਪਿਆ ਰਹਿੰਦਾ। ਸੋ ਮੇਰੇ ਕੋਲ ਕੀ ਬਣੂਗੀ ਪ੍ਰੋਪਰਟੀ ਜੋ ਲੱਗੂਗੀ, ਇਹ ਬਣ ਜੂਗਾ ਲੋਗ ਵਾਈ ਇਜ਼ ਇਕਵਲਸ ਟੂ ਹਾਫ ਰਾਜੇ ਅੱਗੇ ਆ ਜਾਏਗਾ ਐਂਡ ਬਾਕੀ ਸਾਰਾ ਸੇਮ, ਲੋਗ ਐਕਸ ਮਾਈਨਸ ਵਨ ਐਮ ਆ ਜਿਹੜਾ ਆਪਣਾ ਉਵੇਂ ਪਿਆ ਰਹੇਗਾ ਜਿਵੇਂ ਪਿਆ ਸੀ, ਅਪੋਨ ਐਕਸ ਮਾਈਨਸ ਥ੍ਰੀ। ਬਿਲਕੁਲ ਸੌਖਾ ਕੁਐਸਚਨ ਹੈ, ਜਿਹਨਾਂ ਦੇਖਣ ਨੂੰ ਭੈੜਾ ਉਨਾ ਹੀ ਸੌਖਾ। ਲਓ ਜੀ ਇਹ ਬਣ ਗਿਆ, ਅਤੇ ਹੁਣ ਫਿਰ ਆਪਾਂ ਨੂੰ ਕਿਹੜੀ ਪ੍ਰੋਪਰਟੀ ਲੱਗਦੀ ਨਜ਼ਰ ਆ ਰਹੀ ਹੈ, ਲੋਗ ਐਮ ਅਪੋਨ ਐਨ। ਤਾਂ ਪ੍ਰੋਪਰਟੀ ਨੰਬਰ ਥ੍ਰੀ, ਤਾਂ ਦੇਖੋ ਰਾਜੇ ਲੋਗ ਐਮ ਅਪੋਨ ਐਨ ਕੀ ਹੁੰਦਾ, ਲੋਗ ਐਮ ਮਾਈਨਸ ਲੋਗ ਐਨ। ਸੋ ਮੇਰੇ ਕੋਲ ਪ੍ਰੋਪਰਟੀ ਲੱਗੂਗੀ ਸੇਮ, ਇੱਥੇ ਮੈਂ ਲਿਖ ਦਿੰਦਾ ਬਾਕੀ ਸਾਰਾ ਐਸ ਡੀਜ਼ ਹਾਫ। ਦੇਖੋ ਲੋਗ ਇੱਥੇ ਵੱਡੀ ਬਰੈਕਟ ਪਾ ਲੈਣੀ ਹੈ ਰਾਜੇ, ਕਿਉਂਕਿ ਹਾਫ ਸਾਰੇ ਤੋਂ ਬਾਹਰ ਪਿਆ, ਲੋਗ ਐਮ ਮਾਈਨਸ ਲੋਗ ਐਨ। ਤਾਂ ਆ ਐਮ ਲਿਖ ਲਿਆ, ਹੁਣ ਆਪਾਂ ਲਿਖ ਲੈਂਦੇ ਹਾਂ ਐਨ, ਲੋਗ ਐਨ। ਐਨ ਕੌਣ ਹੈ, ਐਕਸ ਮਾਈਨਸ ਥ੍ਰੀ ਐਕਸ ਮਾਈਨਸ ਫੋਰ ਐਕਸ ਮਾਈਨਸ ਫਾਈਵ, ਬਿਲਕੁਲ ਸੌਖਾ ਲੱਗ ਰਿਹਾ ਹੁਣ। ਲਓ ਜੀ ਅਤੇ ਫਿਰ ਪ੍ਰੋਪਰਟੀ ਲੱਗ ਰਹੀ ਹੈ, ਮੈਨੂੰ ਲੱਗਦਾ ਇਹ ਇਕਲੌਤਾ ਕੁਐਸਚਨ ਹੈ ਜਿਹਦੇ 'ਚ ਸਾਰੀਆਂ ਪ੍ਰੋਪਰਟੀਜ਼ ਲੱਗ ਜਾਣਗੀਆਂ। ਦੇਖੋ ਇੱਥੇ ਕਿਹੜੀ ਪ੍ਰੋਪਰਟੀ ਲੱਗ ਰਹੀ ਹੈ, ਲੋਗ ਐਮ ਇੰਟੂ ਐਨ। ਤਾਂ ਪ੍ਰੋਪਰਟੀ ਨੰਬਰ ਵਨ, ਲੋਗ ਐਮ ਪਲੱਸ ਲੋਗ ਐਨ। ਤਾਂ ਇਸ ਨੂੰ ਆਪਾਂ ਲਿਖ ਸਕਦੇ ਹਾਂ, ਬਾਕੀ ਸਾਰਾ ਸੇਮ ਲਿਖ ਲਓ, ਲੋਗ ਵਾਈ ਉਵੇਂ ਲਿਖ ਲਿਆ, ਹਾਫ ਉਵੇਂ ਲਿਖਤਾ,
ਇਸ ਨੂੰ ਬੱਚੇ ਮੈਂ ਲਿਖ ਦਿੰਦਾ ਲੋਗ ਐਮ, ਐਮ ਕੌਣ ਆਪਣੇ ਕੋਲ ਐਕਸ ਮਾਈਨਸ ਵਨ, ਪਲੱਸ ਲੋਗ ਐਨ, ਐਨ ਕੌਣ ਆਪਣੇ ਕੋਲ ਐਕਸ ਮਾਈਨਸ ਟੂ। ਲਓ ਜੀ ਆਹ ਵਾਈਟ ਵਾਲੀ ਮਾਈਨਸ ਸੇਮ ਪਾਲੀ, ਅੱਗੇ ਕਿਹੜੀ ਪ੍ਰੋਪਰਟੀ ਲੱਗ ਰਹੀ ਹੈ? ਤਿੰਨ ਚੀਜ਼ਾਂ ਐਮ ਐਨ ਪੀ, ਲੋਗ ਐਮ ਪਲੱਸ ਲੋਗ ਐਨ ਪਲੱਸ ਲੋਗ ਪੀ। ਸੋ ਕੀ ਬਣੂਗਾ? ਸ਼ਾਬਾਸ਼, ਲੋਗ ਐਮ ਪਲੱਸ ਲੋਗ ਐਨ ਪਲੱਸ ਲੋਗ ਪੀ। ਬਾਹਰ ਰਾਜੇ ਸਾਰੇ ਦੇ ਆਹ ਵਾਈਟ ਵਾਲੀ ਮਾਈਨਸ ਬਾਹਰ ਲਿਖੀ ਮੈਂ, ਠੀਕ ਹੈ, ਲੋਗ ਪੀ। ਲਓ ਜੀ ਇਸ ਨੂੰ ਹੁਣ ਆਪਾਂ ਥੋੜ੍ਹਾ ਜਿਹਾ ਉੱਪਰ ਲਿਖ ਦਿੰਦੇ ਹਾਂ, ਨੀਚੋਂ ਸਪੇਸ ਖਤਮ ਹੋ ਗਈ। ਤਾਂ ਇੱਕ ਵਾਰੀ ਮੈਂ ਸਿੰਪਲੀਫਾਈ ਕਰਕੇ ਲਿਖਣ ਲੱਗੇ ਹਾਂ, ਨੈਕਸਟ ਸਟੈਪ ਇਹ ਡੈਰੀਵੇਟਿਵ ਕਰ ਦਿਆਂਗੇ। ਸੋ ਆਪਣੇ ਕੋਲ ਜਿਹੜਾ ਲੋਗ ਵਾਈ ਹੈ ਉਹ ਐਸ ਇਜ ਲਿਖਤਾ ਲੋਗ ਵਾਈ, ਅਤੇ ਨਾਲ ਪਿਆ ਰਾਜੇ ਆਪਣੇ ਕੋਲ ਹਾਫ, ਹਾਫ ਸਾਰੇ ਦੇ ਬਾਹਰ ਹੀ ਪਿਆ। ਸੋ ਇੱਥੇ ਲੋਗ ਐਕਸ ਮਾਈਨਸ ਵਨ, ਇੱਕ ਵਾਰੀ ਸਾਰੇ ਨੂੰ ਆਪਾਂ ਪ੍ਰੋਪਰਲੀ ਲਿਖ ਦਿੰਦੇ ਹਾਂ, ਫਿਰ ਪਲੱਸ ਦੇ ਵਿੱਚ ਲੋਗ ਐਕਸ ਮਾਈਨਸ ਟੂ। ਨੈਕਸਟ ਆਪਣੇ ਕੋਲ ਪਿਆ ਮਾਈਨਸ, ਸਾਰਿਆਂ ਦੇ ਨਾਲ ਅੰਦਰ ਜਾਏਗੀ, ਇਸ ਦੇ ਨਾਲ ਵੀ, ਇਸ ਦੇ ਨਾਲ ਵੀ। ਸੋ ਆਪਣੇ ਕੋਲ ਕੀ ਬਣੂਗਾ? ਮਾਈਨਸ ਲੋਗ ਐਕਸ ਮਾਈਨਸ ਥ੍ਰੀ, ਮਾਈਨਸ ਲੋਗ ਐਕਸ ਮਾਈਨਸ ਥ੍ਰੀ। ਅਤੇ ਨੈਕਸਟ ਆਪਣੇ ਕੋਲ ਪਿਆ ਰਾਜੇ ਮਾਈਨਸ ਲੋਗ ਐਕਸ ਮਾਈਨਸ ਫਾਈਵ ਫੋਰ, ਅਤੇ ਬਿਲਕੁਲ ਲਾਸਟ ਪਿਆ ਮਾਈਨਸ ਲੋਗ ਐਕਸ ਮਾਈਨਸ ਫਾਈਵ, ਠੀਕ ਹੈ। ਅਤੇ ਹੁਣ ਆਪਾਂ ਕੀ ਕਰਾਂਗੇ? ਡਿਫਰੈਂਸ਼ੀਏਟ ਬੋਥ ਸਾਈਡ ਵਿਦ ਰਿਸਪੈਕਟ ਟੂ ਐਕਸ। ਸੋ ਮੈਂ ਇੱਥੇ ਲਾਈਨ ਲਿਖ ਦਿੰਦਾ, ਡਿਫਰੈਂਸ਼ੀਏਟ ਬੋਥ ਸਾਈਡਸ ਵਿਦ ਰਿਸਪੈਕਟ ਟੂ ਐਕਸ। ਅਤੇ ਇਸ ਦੇ ਨਾਲ ਫਿਰ ਆਪਣਾ ਫਾਇਦਾ ਕੀ ਹੋਏਗਾ? ਆਂਸਰ ਹੋ ਜਾਏਗਾ, ਲਾਸਟ ਲਾਈਨ ਹੀ ਹੈ, ਲੋਗ ਵਾਈ ਦਾ ਡੈਰੀਵੇਟਿਵ ਵਨ ਪੌਂਟ ਵਾਈ, ਅਤੇ ਵਾਈ ਦਾ ਨਾਂ ਵਾਈ ਡੈਸ਼। ਹਾਫ ਉਵੇਂ ਪਿਆ ਰਹੂਗਾ, ਸਾਰਿਆਂ ਨੂੰ ਪਤਾ ਹੈ ਵੀ ਕੋਂਸਟੈਂਟ ਦਾ ਡੈਰੀਵੇਟਿਵ ਮਲਟੀਪਲਾਈ ਦੇ ਵਿੱਚ ਨਹੀਂ ਹੁੰਦਾ। ਸੋ ਹਾਫ ਐਸ ਡਿਸ ਪਿਆ, ਅਤੇ ਫਿਰ ਡੈਰੀਵੇਟਿਵ ਕਿਸ ਦਾ ਹੋਏਗਾ? ਲੋਗ ਐਕਸ ਮਾਈਨਸ ਵਨ ਦਾ। ਅਤੇ ਬੱਚੇ ਲੋਗ ਦਾ ਡੈਰੀਵੇਟਿਵ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਜੋ ਨਾਲ ਪਿਆ ਉਸਨੂੰ ਵਨ ਪਾਉਣ। ਸੋ ਆਪਣੇ ਕੋਲ ਕੀ ਹੋਏਗਾ? ਵਨ ਪਾਉਣ ਐਕਸ ਮਾਈਨਸ ਵਨ। ਹੁਣ ਤੁਸੀਂ ਪੁੱਛਣਾ ਵੀ ਸਰ ਐਕਸ ਮਾਈਨਸ ਵਨ ਦਾ ਵੀ ਅੱਗੇ ਹੋਊਗਾ? ਤਾਂ ਬਿਲਕੁਲ ਸਹੀ ਹੈ, ਜ਼ਰੂਰ ਹੋਊਗਾ, ਪਰ ਐਕਸ ਦਾ ਡੈਰੀਵੇਟਿਵ ਹੋਊਗਾ ਵਨ, ਅਤੇ ਇਸ ਵਨ ਦਾ ਡੈਰੀਵੇਟਿਵ ਜ਼ੀਰੋ। ਸੋ ਆਪਣੇ ਕੋਲ ਕੋਈ ਫਰਕ ਹੀ ਨਹੀਂ ਪੈਣਾ। ਸੋ ਦੈਟਸ ਵਾਈ ਮੈਂ ਸ਼ੋਅ ਨਹੀਂ ਕਰ ਰਿਹਾ। ਸੋ ਸੇਮ ਸਾਰਿਆਂ ਦੇ ਵਿੱਚ ਇਹੀ ਕੇਸ ਹੈ। ਸੋ ਇੱਥੇ ਰਾਜੇ ਕਿੰਨਾ ਹੋਊਗਾ? ਵਨ ਪਾਉਣ ਐਕਸ ਮਾਈਨਸ ਟੂ। ਜਦੋਂ ਅੱਗੇ ਇਸਦਾ ਕਰਾਂਗੇ ਕੋਈ ਫਰਕ ਨਹੀਂ ਪੈਣਾ, ਮੈਂ ਮੈਨਸ਼ਨ ਨਹੀਂ ਕਰ ਰਿਹਾ। ਸੇਮ ਇੱਥੇ, ਸੋ ਕੀ ਬਣੂਗਾ? ਵਨ ਪਾਉਣ ਐਕਸ ਮਾਈਨਸ ਥ੍ਰੀ, ਸੇਮ ਇਸਦਾ ਵਨ ਪਾਉਣ ਐਕਸ ਮਾਈਨਸ ਫੋਰ, ਅਤੇ ਸੇਮ ਆਪਣਾ ਲਾਸਟ ਵਨ, ਵਨ ਪਾਉਣ ਐਕਸ ਮਾਈਨਸ ਫਾਈਵ। ਸਾਰਿਆਂ ਦਾ ਡੈਰੀਵੇਟਿਵ ਮੈਂ ਇੱਥੋਂ ਕਰ ਕਰਕੇ ਪ੍ਰੋਪਰਲੀ ਲਿਖਤਾ, ਠੀਕ ਹੈ। ਸੋ ਹੁਣ ਆਪਾਂ ਕੀ ਕਰੀਏ? ਬੁੱਕ ਦੇ ਵਿੱਚ ਜੇ ਤੁਸੀਂ ਆਂਸਰ ਮੈਚ ਕਰਨਾ, ਤਾਂ ਇੱਥੇ ਹੋ ਸਕਦਾ ਉਹਨਾਂ ਨੇ ਐਲਸੀਅਮ ਵਗੈਰਾ ਲਿਆ ਹੋਵੇ, ਬਟ ਆਪਾਂ ਨੂੰ ਜ਼ਰੂਰਤ ਨਹੀਂ। ਮੈਂ ਕੀ ਕਰ ਰਿਹਾ, ਜੋ ਆਹ ਵਾਈ ਪਈ ਹੈ ਹਮੇਸ਼ਾ ਇਹ ਕੰਮ ਕਰੂੰਗਾ, ਵਾਈ ਨੂੰ ਦੂਸਰੀ ਸਾਈਡ ਲੈ ਜਾਓ। ਸੋ ਮੇਰੇ ਕੋਲ ਵਾਈ ਡੈਸ਼ ਦੀ ਵੈਲਿਊ ਕੀ ਬਣੂਗੀ? ਵਾਈ ਇੰਟੂ ਵਨ ਬਾਏ ਟੂ, ਔਰ ਰਾਜੇ ਸਾਰੇ ਦਾ ਸਾਰਾ ਸੇਮ ਕੀ ਕੁਛ ਹੈ? ਐਕਸ ਮਾਈਨਸ ਵਨ, ਐਕਸ ਮਾਈਨਸ ਟੂ, ਐਕਸ ਮਾਈਨਸ ਥ੍ਰੀ, ਐਕਸ ਮਾਈਨਸ ਫੋਰ, ਐਕਸ ਮਾਈਨਸ ਫਾਈਵ, ਸਾਰਾ ਸੇਮ। ਇਹ ਲਿਖਣ 'ਤੇ ਵੱਧ ਟਾਈਮ ਲੱਗ ਜੂਗਾ, ਕੁਐਸਚਨ ਛੋਟੇ ਹੀ ਹੈ। ਸੋ ਬੱਚੇ ਆਪਾਂ ਇਸ ਵਾਈ ਦੀ ਐਂਡ 'ਤੇ ਵੈਲਿਊ ਫਿੱਲ ਕਰਾਂਗੇ ਜੋ ਆਪਣੇ ਕੋਲ ਵੈਲਿਊ ਸੀ। ਕੀ ਵੈਲਿਊ ਸੀ? ਸਟਾਰਟਿੰਗ ਦੇ ਵਿੱਚ ਦੇਖੋ ਵਾਈ ਦੀ ਵੈਲਿਊ ਆਪਣੇ ਕੋਲ ਕੀ ਸੀਗੀ? ਪਹਿਲਾਂ ਤਾਂ ਹਾਫ ਲਿਖ ਦਿੰਦਾ ਵਾਈ ਦੀ ਵੈਲਿਊ ਬੱਚੇ, ਜੋ ਉਹਨਾਂ ਨੇ ਕੁਐਸਚਨ 'ਚ ਦਿੱਤੀ ਸੀ। ਕੁਐਸਚਨ ਦੇ ਵਿੱਚ ਕੀ ਸੀਗੀ? ਐਕਸ ਮਾਈਨਸ ਵਨ ਰੂਟ ਦੇ ਵਿੱਚ, ਐਕਸ ਮਾਈਨਸ ਟੂ, ਐਕਸ ਮਾਈਨਸ ਥ੍ਰੀ, ਐਕਸ ਮਾਈਨਸ ਫੋਰ, ਐਕਸ ਮਾਈਨਸ ਫਾਈਵ, ਇਹੀ ਸੀਗੀ। ਅਤੇ ਬਾਕੀ ਜਿਹੜੀ ਚੀਜ਼ ਹੈਗੀ ਆ ਉਹ ਸਾਰੀ ਐਸ ਇਟ ਇਜ਼।
ਬਾਕੀ ਕੀ ਬਚਿਆ ਜੋ ਬ੍ਰੈਕਿਟ ਚ ਪਿਆ ਮੈਂ ਫੇਰ ਕਹਿ ਰਿਹਾ ਹੋ ਸਕਦਾ ਬੁੱਕ ਦੇ ਵਿੱਚ ਉਹਨਾਂ ਨੇ ਐਲਸੀਐਮ ਵਗੈਰਾ ਲੈ ਕੇ ਆਨਸਰ ਕੀਤਾ ਹੋਵੇ ਤੁਸੀਂ ਇੱਥੇ ਵੀ ਛੱਡ ਸਕਦੇ ਹੋ ਸੋ ਆਪਣੇ ਕੋਲ ਕੀ ਬਣੂਗਾ 1 ਪਾਉਣ x ਮਾਈਨਸ 1 x ਮਾਈਨਸ 2 x ਮਾਈਨਸ 3 ਬਿਲਕੁਲ ਸਹੀ ਆਨਸਰ ਮਿਲੂਗਾ ਰਾਜੇ ਤੁਹਾਨੂੰ ਤੇ ਨੰਬਰ ਫੁੱਲ ਮਿਲਣਗੇ ਜੇਕਰ ਤੁਸੀਂ ਲੌਗ ਦੀ ਪ੍ਰੋਪਰ ਹੈਲਪ ਲੈ ਕੇ ਸਾਰੇ ਕੁਐਸਚਨ ਕਰਕੇ ਆ ਰਹੇ ਸੋ ਇਹੀ ਆਪਣੇ ਇਸ ਕੁਐਸਚਨ ਦਾ ਰਿਕੁਆਇਰਡ ਆਨਸਰ ਹੋਊਗਾ